ਗੁਰੂਕੁਲ ਗਲੋਬਲ ਕਰੈਂਜ਼ਾ ਸਕੂਲ ਹਾਮਚੜੀ ਵੱਲੋਂ ਲੋਹੜੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਧੂਮਧਾਮ ਅਤੇ ਉਤਸ਼ਾਹ ਨਾਲ ਸਕੂਲ ਦੇ ਖੁੱਲ੍ਹੇ ਵਿਹੜੇ ਵਿੱਚ ਮਨਾਇਆ ਗਿਆ, ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਉਤਸ਼ਾਹ ਨਾਲ ਭਾਗ ਲਿਆ। ਸਕੂਲ ਦੇ ਪ੍ਰਬੰਧਕ ਰਾਕੇਸ਼ ਕੁਮਾਰ ਦੀ ਯੋਗ ਅਗਵਾਈ ਵਿੱਚ ਮਨਾਏ ਗਏ ਇਸ ਤਿਉਹਾਰ ਮੌਕੇ ਪੁਰਾਤਨ ਤੋਂ ਚੱਲੀ ਆ ਰਹੀ ਰੀਤ ਪਾਥੀਆਂ ਦੀ ਧੂਣੀ ਲਗਾਈ ਗਈ, ਜਿਸ ਵਿੱਚ ਸਾਰਿਆਂ ਵੱਲੋਂ ਤਿਲ ਪਾ ਕੇ ਲੋਹੜੀ ਮਨਾਈ ਗਈ ਅਤੇ ਉਪਰੰਤ ਵਿਦਿਆਰਥੀਆਂ ਅਤੇ ਛੋਟੇ ਬੱਚਿਆਂ ਵੱਲੋਂ ਗਿੱਧਾ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਲੋਹੜੀ ਨੂੰ ਆਪਣੇ ਰੰਗਾਂ ਵਿੱਚ ਰੰਗ ਲਿਆ। ਗੁਰੂਕੁਲ ਸਕੂਲ ਦੇ ਪੂਰੀ ਪਰਿਵਾਰ ਵੱਲੋਂ, ਸਾਰੀ ਮੈਨੇਜਮੈਂਟ ਵੱਲੋਂ, ਬੱਚਿਆਂ ਵੱਲੋਂ ਸਭ ਨੂੰ ਲੋਹੜੀ ਭਰਾ ਖੁਸ਼ੀ ਭਰਾ ਤਿਉਹਾਰ ਉਹਨਾਂ ਲਈ ਖੁਸ਼ੀ ਭਰਾ ਲਈ। ਲੋਹੜੀ ਅਸੀਂ ਇਸ ਬੱਚਿਆਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇਸ ਪ੍ਰੰਗਣ ਦੇ ਵਿੱਚ ਮਨਾਈ ਹੈ, ਗੁਰੂ ਜੀ ਦੇ ਪ੍ਰੰਗਣ ਦੇ ਵਿੱਚ, ਜਿਸ ਦੀ ਮਹੱਤਤਾ ਇਹ ਹੈ ਕਿ ਲੋਹੜੀ ਵਾਲੇ ਦਿਨ ਅਸੀਂ ਜੋਤ ਲਗਾ ਕੇ ਉਸ ਵਿੱਚ ਅਗਨੀ ਵਿੱਚ ਆਪਣੇ ਸਾਰੇ ਅੰਦਰਲੀਆਂ ਪ੍ਰੀਤੀਆਂ ਨੂੰ, ਬੁਰਾਈਆਂ ਨੂੰ ਛੱਡ ਕੇ ਉਹਨਾਂ ਦੇ ਵਿੱਚ ਖਤਮ ਕਰਦੇ ਹਾਂ। ਮੈਡਮ, ਜਿਹੜਾ ਮਾਕੀ ਮਹੱਤਤਾ ਮੰਨਦੇ ਹੋ ਤੁਸੀਂ ਲੋਹੜੀ ਦਾ ਤਿਉਹਾਰ ਦੇਖੀ ਹੈਗਾ? ਮੌਸਮ ਕੇ ਬਦਲਨੇ ਕੇ ਸਾਥ ਸਾਥ ਹੀ ਮਨ ਕੇ ਜੋ ਭਾਵ ਹੈ ਵੋ ਵੀ ਬਦਲਤੇ ਹੈ, ਤੇ ਲੋਹੜੀ ਉਸਕੀ ਉਸੀ ਕੀ ਸ਼ੁਰੂਆਤ ਕੇ ਲਈ ਮਨਾਇਆ ਜਾਤਾ ਹੈ। ਸਾਥ ਹੀ ਸਾਥ ਜਿਸ ਤਰੀਕੇ ਸੇ ਜੋ ਸਰਦੀ ਖਤਮ ਹੋਤੀ ਤੋ ਮਨ ਕੀ ਜੋ ਬੁਰਾਈ ਹੈ ਉਦਾਸੀ ਹੈ ਖਤਮ ਹੋ, ਬਸੰਤ ਕੇ ਆਨੇ ਕਾ ਵੀ ਸੂਚਕ ਹੈ, ਤੇ ਲੋਹੜੀ ਕਾ ਮਨਾਇਆ ਜਾਣਾ ਹਮਾਰੇ ਲਈ ਬਹੁਤ ਜ਼ਰੂਰੀ ਹੈ। ਬੱਚੋਂ ਕੋ ਇਸਕੇ ਸਾਥ ਆਪਣੇ ਪੁਰਾਣੇ ਵਿਰਸੇ ਕੇ ਸਾਥ ਜੋੜ ਕੇ ਰੱਖਣੇ ਮੇਂ ਕਾਮਯਾਬ ਹੋਤੇ ਹੈ। ਸਭੀ ਤਰੀਕੇ ਸੇ ਉਨਕੇ ਲਈ ਫਾਇਦੇਮੰਦ ਹੋ, ਸਭੀ ਕੋ ਇਸ ਮੌਕੇ ਪੇ ਸ਼ੁਭਕਾਮਨਾਏ। ਲੋਹੜੀ ਸਾਡਾ ਪੰਜਾਬ ਦਾ ਇੱਕ ਪਵਿੱਤਰ ਤੇ ਸਭ ਤੋਂ ਉੱਚ ਮੰਨਿਆ ਜਾਣ ਵਾਲਾ ਤਿਉਹਾਰ ਹੈ। ਹਰ ਸਾਲ ਦੀ ਤਰ੍ਹਾਂ ਅਸੀਂ ਇਸ ਸਾਲ ਵੀ ਗੁਰੂਕੁਲ ਗਲੋਬਲ ਕਰੈਂਜ਼ਾ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾ ਰਹੇ ਹਾਂ, ਜਿਸ ਤੋਂ ਬੱਚਿਆਂ ਨੂੰ ਵਿਰਸੇ ਬਾਰੇ ਜਾਣਕਾਰੀ ਦਿੱਤੀ ਹੈ, ਮਿਲ ਜੁਲ ਕੇ ਰਹਿਣ ਦੀ ਭਾਵਨਾ ਬਾਰੇ ਦੱਸਿਆ। ਪੰਜਾਬ ਚ ਪਹਿਲਾਂ ਤਾਂ ਇਹ ਰੀਤੀ ਸੀ, ਰਿਵਾਜ਼ ਸੀ ਕਿ ਵਿਆਹ ਸ਼ਾਦੀਆਂ ਤੇ ਮੁੰਡੇ ਜੰਮਣ ਤੇ ਲੋਹੜੀਆਂ ਮਨਾਈਆਂ ਜਾਂਦੀਆਂ ਸੀ, ਪਰ ਇਸ ਵਾਰ ਹਰ ਕੁੜੀ ਜੰਮਣ ਤੇ ਵੀ ਲੋਹੜੀ ਮਨਾਈ ਜਾ ਰਹੀ ਹੈ। ਪੰਜਾਬ ਵਿੱਚ ਲੋਹੜੀ ਦੀ ਮਹਾਨਤਾ ਨਾ ਸਿਰਫ ਬੇਟਿਆਂ ਲਈ ਰਹਿ ਗਈ ਹੈ, ਬੇਟੀਆਂ ਲਈ ਵੀ ਦਿੱਤੀ ਗਈ ਹੈ। ਇਹ ਸਾਡੇ ਸਕੂਲ ਦਾ ਸਪੈਸ਼ਲ ਮੈਸੇਜ ਹੈ ਸਾਰੇ ਲੋਕਾਂ ਨੂੰ, ਹੈ ਕਿ ਜਿੱਥੇ ਤੁਸੀਂ ਇੱਕ ਪੁੱਤਰਾਂ ਦੀਆਂ ਲੋਹੜੀਆਂ ਮਨਾਉਂਦੇ ਹੋ ਤੇ ਧੀਆਂ ਦੀ ਵੀ ਲੋਹੜੀ ਮਨਾਓ। ਧੰਨਵਾਦ। ਪਾਤੜਾਂ ਤੋਂ ਸਤਪਾਲ ਗਰਗ ਦੀ ਰਿਪੋਰਟ, ਏ ਟੀ ਵੀ ਨਿਊਜ਼।